ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਅਰਸ਼ ਦੇ ਕੋਲ। ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਵਿਕਰੀ ਵਾਲੇ ਪਸ਼ੂ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ। ਅਤੇ ਸੁਰ ਸਿੰਘ ਤੋਂ ਦੋਸਤੋ ਮਾਣੇ ਮੱਲੀਆਂ ਵਾਲੀ ਸੜਕ ਦੇ ਉੱਪਰ ਜਿਹੜਾ ਵੀਰ ਦਾ ਘਰ ਆ, ਕੋਈ ਕਿਲੋਮੀਟਰ ਦੀ ਦੂਰੀ ਹੋਵੇਗੀ ਸਾਰੀ ਸੁਰ ਸਿੰਘ ਪਿੰਡ ਤੋਂ। ਅਤੇ ਖਾਸ ਤੁਸੀਂ ਵਿਜ਼ਿਟ ਕਰਕੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਕੇ ਘਰ ਵਿਜ਼ਿਟ ਕਰ ਸਕਦੇ ਹੋ। ਅੱਜ 24 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਿਓ, ਸ਼ਾਮ ਦੇ 6 ਵਜੇ ਦਾ ਸਮਾਂ ਹੈ, ਠੀਕ ਹੈ ਜੀ। ਅਤੇ ਗੱਲਬਾਤ ਆਪਾਂ ਕਰਦੇ ਹਾਂ ਅਰਸ਼ ਦੇ ਨਾਲ, ਪੁੱਛਦੇ ਹਾਂ ਵੀ ਅੱਜ ਇਹਨਾਂ ਵਹਿੜਾਂ ਦਾ ਕੀ ਮਿਲਕ ਰਿਕਾਰਡ ਆ, ਅਤੇ ਜੇਕਰ ਸੂਣ ਵਾਲੀਆਂ ਕਿੰਨਾ ਕੁ ਸਮਾਂ ਸੂਣ ਦੇ ਵਿੱਚ ਪਿਆ, ਰੇਟ ਭਾਅ ਫੜਤਾ ਕੀ ਹੋਵੇਗਾ। ਅਤੇ ਅੱਜ ਕਰੋਸੰਗ ਦੇ ਵਿੱਚ ਹੀ ਹੋਣਗੀ ਆ ਜ਼ਿਆਦਾਤਰ ਦੋਸਤੋ, ਸ਼ਾਲ ਸਾਰੇ ਨਗ ਜਿਹੜੇ ਆ ਸ਼ਾਹੀਵਾਲ ਕਰੋਸੰਗ ਦੇ ਵਿੱਚ ਹੋਣਗੇ, ਆਓ ਕਰਦੇ ਹਾਂ ਗੱਲ। ਅਰਸ਼ ਬਾਈ ਕੀ ਹਾਲ ਨੇ? ਬਹੁਤ ਬਹੁਤ ਵਧੀਆ, ਔਰ ਤੁਸੀਂ ਸੁਣਾਓ ਸੰਧੂ ਸਾਹਿਬ, ਠੀਕ ਠਾਕ ਜੀ? ਕੈਮ ਕੈਮ ਘੈਂਟ ਜੀ, ਵਧੀਆ ਵਧੀਆ ਸੰਧੂ ਸਾਹਿਬ। ਚਲੋ ਚੰਗੇ ਚਾਹੀਦੇ ਆ। ਅਰਸ਼ ਭਰਾ, ਅੱਜ ਪਸ਼ੂ ਆਪਣੇ ਕੋਲ ਲੈ ਕੇ 4 ਵਹਿਣਾ ਆ ਗਈਆਂ। ਹਾਂਜੀ 4 ਵਹਿਣਾ ਸੰਧੂ ਸਾਹਿਬ, ਚੌਵੇਂ ਸ਼ਾਹੀਵਾਲ ਆ। ਚੌਵੇਂ ਸ਼ਾਹੀਵਾਲ? ਹਾਂਜੀ ਠੀਕ ਆ। ਤੇ ਸੂਈਆਂ ਸਵਾਈਆਂ ਵੀ ਹੈਗੀਆਂ? ਨਹੀਂ, ਗੱਭਣਾਈ ਆ ਚੌਵੇਂ ਜੀ। ਗੱਭਣਾਈ? ਹਾਂਜੀ ਠੀਕ ਆ। ਤੇ ਦਿਨ ਮਤਲਬ ਕਿੰਨੇ ਕਿੰਨੇ ਲੈ ਜਾਣਗੀਆਂ ਸਾਰੀਆਂ? ਦਿਨ ਕੋਈ 8 ਖੜਦੀ ਆ, ਕੋਈ 10 ਖੜਦੀ ਆ, ਕੋਈ 12 ਖੜਦੀ ਆ, ਕੋਈ 5-7 ਦਿਨਾਂ 'ਚ ਸੂ ਪੈਂਦੀ। 5-7 ਦਿਨਾਂ 'ਚ? ਹਾਂਜੀ ਠੀਕ ਆ। ਅਤੇ ਆ ਜਾਓ ਦੋਸਤੋ, ਪਾਈਏ ਚਾਨਣਾ ਵੀ 8-7 ਦਿਨ ਸਾਰੀਆਂ ਵਹਿੜਾਂ ਜਿਹੜੀਆਂ ਦੋਸਤੋ ਹਜੇ ਦਿਨ ਲੈ ਕੇ ਜਾਣਗੀਆਂ, ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਅਤੇ ਪਹਿਲੇ ਨੰਬਰ ਤੋਂ ਆਪਾਂ ਵਹਿੜ ਜਿਹੜੀ ਆ ਦੋਸਤੋ ਇੱਥੋਂ ਸਟਾਰਟ ਕਰਦੇ ਹਾਂ। ਅਰਸ਼ ਬਾਈ ਕਿਨਵਾਂ ਸੂਆ ਸੁਣ ਜਾ ਰਹੀ ਹੈ ਪਹਿਲੇ ਨੰਬਰ? ਅੱਛਾ ਜੀ, ਇਹ ਕਹਿੰਦੇ ਸੀ ਬਦਾਮੀ ਰੰਗੀ। ਹਾਂਜੀ ਹਾਂਜੀ, ਇਹ ਪਿਓਰ ਸ਼ਾਹੀ ਵਾਲਾ ਬੰਨ ਵਾਲੀ। ਅੱਛਾ ਜੀ, ਹਾਂਜੀ ਲਓ ਵੀ ਠੀਕ ਆ। ਅਤੇ ਅਰਸ਼ ਬਾਈ ਕਹਿੰਦਾ ਵੀ ਇਹ ਜਿਹੜੀ ਆ ਪਿਓਰ ਸ਼ਾਹੀ ਵਾਲ ਵਹਿੜ ਆ ਗਈ ਆਪਣੇ ਕੋਲ। ਤੇ ਦਿਨ ਕਿੰਨੇ ਕੁ ਲੈ ਜੂ ਜੀ? ਇਹ 8-7 ਦਿਨ ਖੜਦੀ ਸਮਝੋ। 8-7 ਦਿਨ ਲੈ ਜਾਂਦੀ ਹੈ, ਠੀਕ ਆ। ਬਾਕੀ ਥਣ ਤੁਹਾਨੂੰ ਵੇਖੋ ਦੋਸਤੋ, ਬਹੁਤ ਸੋਹਣਾ ਲੱਗਾ ਆਹ ਥਣ ਦੀ ਸ਼ੇਪ ਆ, ਸਾਈਜ਼ ਆਕਾਰ ਜਿਹੜਾ ਥਣ ਦਾ ਆ ਤੁਸੀਂ ਦੇਖ ਸਕਦੇ ਹੋ। ਪੇਪਰ ਵਧੀਆ ਵੀਰ? ਬਹੁਤ ਜ਼ਿਆਦਾ ਸੰਧੂ ਸਾਹਿਬ ਦਾ, ਇਹ ਸ਼ਹਿਦ ਹੀ ਆਉਂਦਾ। ਅੱਛਾ ਹਾਂਜੀ, ਸ਼ਹਿਦ ਹੀ ਆਉਂਦਾ। ਅੱਛਾ ਬਾਈ ਮਾੜਾ ਫੇਸ ਐਮ ਕਰਕੇ ਦਿਖਾਇਓ, ਨਾਲੇ ਖੋਲ ਕੇ ਵੀ ਦਿਖਾਈ ਦੇਈਏ। ਲਓ ਜੀ ਆਹ ਵੇਖ ਲਓ, ਠੀਕ ਆ। ਆਹ ਜਿਹੜਾ ਮੂੰਹ ਮੱਥੇ ਤੋਂ ਦੋਸਤੋ ਤੁਸੀਂ ਕਰੋ ਚੈੱਕ, ਅਤੇ ਇੱਕ ਰੰਗ ਹੈ, ਠੀਕ ਹੈ ਜੀ। ਰੰਗ ਥੋੜ੍ਹਾ ਕੰਬੀਨੇਸ਼ਨ ਆ, ਥੋੜ੍ਹਾ ਬਲੈਕ ਅਤੇ ਰੈੱਡ ਦਾ ਥੋੜ੍ਹਾ ਕੰਬੀਨੇਸ਼ਨ ਜਿਹਾ, ਠੀਕ ਆ। ਬਾਕੀ ਕੱਦ ਕੱਢ ਜਿਹੜਾ ਦੋਸਤੋ ਵਧੀਆ ਹੈ, ਸੋਹਣੀ ਹਾਈਟ ਆ ਵੈੜ ਦੀ। ਅਤੇ ਕਰੋਸੰਗ ਦੇ ਵਿੱਚ ਜਿੰਨੀਆਂ ਵੈੜਾਂ ਹੋਣਗੀਆਂ ਥੋੜ੍ਹਾ ਜਿਹਾ ਕਰੋਸ ਹੋਵੇਗਾ, ਅਤੇ ਅੱਧੋ ਅੱਧ ਕਰੋਸ ਵੀ ਤੁਸੀਂ ਮੰਨ ਸਕਦੇ ਹੋ। ਬਾਕੀ ਸ਼ਾਹੀਵਾਲ ਕਰੋਸੰਗ ਦੇ ਵਿੱਚ ਸਾਰੇ ਦੱਸੂਗਾ। ਆਹ ਥਣ ਦੇ ਵਿੱਚ ਜਿਹੜੀ ਬਣਤਰ ਵੇਖੋ, ਅਤੇ ਹਫ਼ਤਾ 8 ਦਿਨ ਹਜੇ ਸਮਾਂ ਬਾਕੀ ਹੈ ਸੂਨ ਦੇ ਵਿੱਚ। ਬਾਕੀ ਥਣ ਥੁਣ ਜਿਹੜਾ ਮੱਝਾਂ ਵਾਲਾ ਥਣ ਆਪਾਂ ਕਹਿੰਦੇ ਨਾ, ਜਿਵੇਂ ਵੀ ਮੱਝਾਂ ਵਾਲਾ ਥਣ ਲੱਗਾ ਵੀ ਉਸ ਹਿਸਾਬ ਦਾ ਜਿਹੜਾ ਦੋਸਤੋ ਥਣ। ਅਰਸ਼ ਬਾਈ ਕਿੰਨਾ ਕੁ ਮੁੱਲ ਡਿਮਾਂਡ ਕੀ ਇਹਦੀ ਫਿਰ? ਡਿਮਾਂਡ ਮੁੱਲ ਤਾਂ ਸੰਧੂ ਸਾਹਿਬ ਦਾ ਕਰਦੇ 52,000 ਰੁਪਇਆ, ਪਰ ਹਾਂ ਨਾ 47,000 ਦੀ ਦੇ ਦਾਂਗੇ, ਉਹਦੇ ਵਿੱਚ ਮਾਨਤਨ ਕਰ ਦਾਂਗੇ 47 ਦੇ ਵਿੱਚ। ਹਾਂਜੀ ਠੀਕ ਹੈ ਜੀ, ਡਿਮਾਂਡ 52 ਅਤੇ ਹਾਂ ਆ ਜਿਹੜੀ 47, ਠੀਕ ਆ। ਅਤੇ ਵੈੜ ਜਿਹੜੀ ਆ ਦੋਸਤੋ ਤੁਸੀਂ ਦੇਖ ਲਈ ਹੈ, ਚੰਗੀ ਆ, ਠੀਕ ਆ। ਥਣ ਥੁਣ ਬਹੁਤ ਵਧੀਆ ਲੱਗਾ, ਜਿਨ੍ਹਾਂ ਨੇ ਘਰ ਰੱਖ ਕੇ ਆਪਾਂ ਚਵਾਈ ਕਰਨੀ ਆ ਘਰੇਲੂ ਵੀਰਾਂ, ਉਹਨਾਂ ਲਈ ਵੀ ਤੁਸੀਂ ਜਿਹੜੀ ਆ ਦੋਸਤੋ ਉਹ ਵੀ ਖਾਸ ਤੌਰ 'ਤੇ ਖਰੀਦ ਸਕਦੇ ਹੋ। ਇਹ ਥਣ ਥੁਣ ਜਿਹੜਾ ਬਹੁਤ ਵਧੀਆ ਹੱਥੀ ਚਵਾਈ ਇਹਦਾ, ਠੀਕ ਆ। ਇਸ ਤੋਂ ਬਾਅਦ ਅਗਲਾ ਜਿਹੜਾ ਆਪਾਂ ਤੁਹਾਨੂੰ ਨਗ ਦਿਖਾਉਣਾ, ਇਹ ਵੀ ਵੈੜ ਜਿਹੜੀ ਦੋਸਤੋ ਸ਼ਾਹੀਵਾਲ ਕਰੋਸ ਵਿੱਚ ਹੀ ਆ,
ਤੇ ਅਰਸ਼ ਭਾਈ ਇਹਦੀ ਵੀ ਡਿਟੇਲ ਕੀ ਹੈ, ਸੂਆ ਕਿੰਨਵਾਂ ਤੇ ਕਿੰਨੇ ਕਿ ਦਿਨ ਲੱਗੇ? ਇਹ ਵੀ ਦੂਜਾ ਸੂਆ ਹੈ ਸੰਧੂ ਸਾਹਿਬ, ਇਹ ਵੀ ਕੋਈ 8-7 ਦਿਨ ਖੜੂਗੀ। 8-7 ਕਿ ਦਿਨ? ਹਾਂਜੀ ਠੀਕ ਹੈ। ਤੇ ਪਰ ਤੋਂ ਵਧੀਆ ਨਿਕਲੀ ਬਹੁਤ ਜ਼ਿਆਦਾ, ਇਹਦਾ ਵੀ ਸ਼ਾਇਦ ਹੀ ਆਉਂਦਾ ਸੰਧੂ ਸਾਹਿਬ। ਠੀਕ ਹੈ, ਸੂਆ ਦੂਜਾ 8-7 ਕਿ ਦਿਨ ਸਮਾਂ ਵੀ ਲੈ ਜੂਗੀ। ਠੀਕ ਹੈ, ਤੇ ਤੁਹਾਨੂੰ ਜਿਹੜਾ ਦੋਸਤੋ ਜਿੰਨੇ ਵੀ ਆਪਾਂ ਗੱਲ ਕਰਾਂਗੇ ਬਿਲਕੁਲ ਰਲਦੀ ਮਿਲਦੀ ਗੱਲ, ਤੁਹਾਨੂੰ ਜਿਹੜੀ ਘਰ ਵਿਜਿਟ ਕਰਕੇ ਵੀ ਉਹ ਜਿਹੜੀ ਮਿਲੂਗੀ ਤੁਹਾਨੂੰ ਬਿਲਕੁਲ ਮੁੱਠੀ ਜਿਹੜਾ ਹਾਥੀ ਜਵਾਈ ਜਿਹੜਾ ਥਾਣਾ ਵੀ ਛੋਟਾ ਜਿਹਾ ਥਾਣ ਦਿੰਦਾ। ਠੀਕ ਆ, ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇ ਸਕਦੇ ਹੋ। ਆ ਕਰੋ ਚੈੱਕ ਜੀ। ਠੀਕ ਆ ਅਰਸ਼ ਭਾਈ, ਖੋਲ ਕੇ ਦਿਖਾ ਦਿਓ ਜੀ ਵੀ। ਅਤੇ ਸੂਆ ਦੂਜਾ ਅੱਜ ਸਾਰੀਆਂ ਜਿਹੜੀਆਂ ਦੋਸਤੋ ਗੱਭਣ ਹੋਣਗੀਆਂ, ਕੋਈ 8-7 ਦਿਨ ਦੀਆਂ ਦਿਨ ਹਜੇ 8-7 ਦਿਨ ਜਿਹੜੇ ਲੈ ਕੇ ਜਾਣਗੀਆਂ ਉਸ ਕੈਟਾਗਰੀ ਦੇ ਵਿੱਚ ਅੱਜ ਸਾਰੇ ਪਸ਼ੂ ਨੇ। ਆਹ ਦੇਖੋ ਥਣ ਲਿਫਟੀ ਜਿਹੜੀ ਆ ਦੋਸਤੋ ਚੰਗੀ ਆ। ਠੀਕ ਆ, ਢਿੱਲ ਢੁੱਲ ਕਾਫੀ ਹਜੇ 8-7 ਦਿਨ ਦਾ ਜੇਕਰ ਸਮਾਂ ਲੈ ਕੇ ਜਾਊਗੀ ਉਸ ਦੇ ਅਕੋਰਡਿੰਗ ਹਜੇ ਬੰਨਾ ਵੀ ਹੈਗਾ ਬੈਠ ਨੇ ਪੂਰਾ। ਅਰਸ਼ ਕਿੰਨਾ ਮੁੱਲ ਵੀਰੇ ਦਾ? ਇਹਦਾ ਮੁੱਲ ਸੰਧੂ ਸਾਹਿਬ ਕਰਦੇ ਪਿਆ 1000 ਰੁਪਇਆ। ਅੱਛਾ ਜੀ, ਪਰ ਹਾਂ ਨਾ 46000 ਦੀ ਦੇ ਦਾਂਗੇ, ਉਹਦੇ ਵਿੱਚ ਮਾਨਤਨ ਕਰ ਦਾਂਗੇ। ਠੀਕ ਹੈ ਜੀ, ਹਾਂਜੀ ਓਕੇ ਜੀ। ਹਾਂ ਨਾ ਜਿਹੜਾ ਦੋਸਤੋ 46000 ਆ। ਠੀਕ ਆ, ਬਾਕੀ 50000 ਡਿਮਾਂਡ ਆ ਅਤੇ 46000 ਦੇ ਵਿੱਚੋਂ ਜਿਹੜੀ ਇਹ ਵੈਟ ਦਿੱਤੀ ਜਾਊਗੀ। ਠੀਕ ਆ, 46000 ਦੇ ਵਿੱਚ ਵੈਟ ਚੰਗੀ ਆ, ਸਾਫ਼ ਸੁਥਰੀ ਆ, ਥਣਦੇਵੇ ਦੀ ਵੇਖੋਗੇ ਬੜੀ ਸਾਫ਼ ਸੁਥਰੀ ਆ। ਲੈ ਵੀ ਅਰਸ਼ ਭਾਈ ਅੱਗੇ ਇੱਕ ਹੋਰ ਵੈਟ ਆ ਗਈ। ਹਾਂਜੀ, ਇਹ ਪਹਿਲਾਂ ਕਿ ਦੂਜਾ ਸੂਆ? ਇਹ ਪਹਿਲਾਂ ਨੇ ਜੀ, ਮੂੰਹੋਂ ਚੌਕੀ ਆ ਸੰਧੂ ਸਾਹਿਬ, ਮੂੰਹੋਂ ਚਾਰਦਾ ਦਾ। ਹਾਂਜੀ, ਤੇ ਸੂਆ ਪਹਿਲਾਂ ਮਾੜਾ ਵਿਖਾਇਓ ਫੇਸ। ਪਹਿਲਾਂ ਨੇ ਜੀ, ਆਹ ਦੇਖੋ ਜੀ ਆਹ ਕਰੋ ਚੈੱਕ। ਠੀਕ ਹੈ, ਪਹਿਲਾਂ ਨੇ ਝਾਲਰ ਝੂਲਰ ਪੂਰੀ ਆ ਵੈਟ ਦੇ, ਸ਼ਾਹੀਵਾਲ ਅੰਗ ਦੇ ਵਿੱਚ ਹੀ ਇਹ ਵੀ ਹੈਗੀ। ਠੀਕ ਹੈ ਜੀ, ਸ਼ਾਹੀਵਾਲ ਦਾ ਜਿਹੜਾ ਕਰੋਸ ਥੋੜ੍ਹਾ ਬਹੁਤਾ ਹਰ ਇੱਕ ਵੈਟ ਦੇ ਵਿੱਚ ਤੁਹਾਨੂੰ ਦੇਖਣ 'ਚ ਆਉਂਦੇ ਮਿਲੇਗਾ। ਅਤੇ ਪਹਿਲਾਂ ਵੈਟ ਪਲੂਨ ਬੱਚੀ ਸੋਹਣੀ ਆ, ਦਿਨ ਲੈ ਜਾਓ ਜੇ ਦਿਨ ਲੈ ਜਾਓ ਸੰਧੂ ਸਾਹਿਬ, ਇਹ ਦਸ ਕੁ ਲੈ ਜਾਊਗੀ। ਹਾਂਜੀ ਠੀਕ ਆ, 10 ਕੁ ਦਿਨ ਜਿਹੜੇ ਲੈ ਜਾਊਗੀ ਕੱਢ ਲਈਏ ਵੀਰ ਅਰਸ਼ ਬਾਹਰ ਤੁਹਾਨੂੰ ਲੈ। ਆਹ ਫੇਸ ਕੁਆਲਿਟੀ ਦੇਖੋ ਜੀ। ਠੀਕ ਆ, ਅਤੇ ਥਣ ਥੁਣ ਪਹਿਲਣ ਵੈਟ ਦਾ ਜਿਹੜਾ ਦੋਸਤੋ ਬਹੁਤ ਵਧੀਆ ਨਿਕਲਿਆ ਸਾਹਮਣੇ, ਆਹ ਕਰੋ ਚੈੱਕ। ਹਫ਼ਤਾ ਖੰਡੇ ਵੀ ਲੈ ਕੇ ਜਾਊ ਸਮਾਂ, ਜੀ 10 ਕੁ ਦਿਨ ਲੈ ਜਾਊਗੀ। 10 ਕੁ ਦਿਨ ਹੈ, ਵੀ ਭਰਾਵੋ ਇਹ ਤੀਜੇ ਨੰਬਰ ਤੇ ਵੈਟ ਆਪਾਂ ਦਿਖਾਈ ਆ ਪਹਿਲਾਂ ਪਲੂਨ ਬੱਚੀ ਸੁਣ। ਹਾਂ ਵੇਖੋ ਸੰਧੂ ਸਾਹਿਬ, ਇਹਨੂੰ 9 ਗਲਾ ਲੱਗਾ ਵਸ਼ੀ ਨੂੰ ਪਹਿਲਾਂ ਨੂੰ। ਆਹ ਦਿਖਾਈਏ ਜੀ, ਆਹ ਵੇਖੋ ਲਓ ਵੀ ਭਰਾਵੋ। ਅਰਸ਼ ਭਾਈ ਕਿੰਨੇ ਕੁ ਦੀ ਫਿਰ ਦੇ ਲਿਆ ਕਰ ਦੇਣੀ ਆ ਡਿਮਾਂਡ ਦੀ? ਸੰਧੂ ਸਾਹਿਬ ਆਪਾਂ ਕਰਦੇ ਹਾਂ 46000 ਰੁਪਇਆ। ਹਾਂ, ਪਰ ਹਾਂ ਨਾ 42000 ਦੀ ਦੇ ਦਾਂਗੇ, ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 42 ਚੋਂ। ਹਾਂਜੀ ਠੀਕ ਹੈ, 42000 ਦੇ ਵਿੱਚੋਂ ਮਾਨਤਨ ਹੋ ਜੂਗਾ ਵੀਰੋ। 46000 ਜਿਹੜਾ ਮੁੱਲ ਆ ਠੀਕ ਆ ਇਸ ਬੱਚੀ ਦਾ, ਅਤੇ ਪਹਿਲਾਂ ਬੱਚੀ ਸੋਹਣੀ ਆ, ਹਫ਼ਤਾ 10 ਦਿਨ ਹਜੇ ਬਾਕੀ ਆ ਸੂਟ ਦੇ ਵਿੱਚ।
ਇਸ ਤੋਂ ਬਾਅਦ ਅਗਲੀ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਵੈੜ ਆ ਇਹ ਵੀ ਆਪਾਂ ਪੁੱਛ ਲੈਂਦੇ ਅਰਸ਼ ਭਾਈ ਇਹਦਾ ਸੂਬਾ ਇਹ ਵੀ ਦੂਜਾ ਹੀ ਸੰਧੂ ਸਾਹਿਬ ਸੂਬਾ ਦੂਜਾ ਸੂਬਾ ਸੋਹਣੀ ਆ ਹਾਂਜੀ ਦਿਨ ਇਹ ਦਿਨ ਲੈ ਜੂਗੀ ਕੋਈ 15 ਦੇ ਵਿੱਚ ਲੈ ਜੂ 15 ਵੀ ਖੜ ਸਕਦੀ 10 ਤੋਂ 15 ਦਿਨ ਹਾਂਜੀ 10 ਤੋਂ 15 ਦਿਨ ਲੈ ਜੂ ਹਾਂਜੀ ਤਾਂ ਤੁਹਾਨੂੰ ਇਹਦੇ ਵੀ ਚੰਗਾ ਨੋਕ ਲਾਈ ਬਹੁਤ ਜ਼ਿਆਦਾ ਇਹ ਠੰਡੀ ਸੀਲ ਸਲੱਗ ਬਹੁਤ ਜ਼ਿਆਦਾ ਠੀਕ ਆ ਦਿਖਾਈਏ ਵੀ ਖੋਲ ਕੇ ਜੀ ਸੂਆ ਦੂਜਾ ਦੋਸਤੋ ਅਤੇ 15 ਕੁ ਦਿਨ ਦਾ ਸਮਾਂ ਲੈ ਜਾਊਗੀ ਅਤੇ ਥਣ ਤੁਹਾਨੂੰ ਵੇਖੋਗੇ ਤੁਸੀਂ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਥਣ ਲੱਗਿਆ ਠੀਕ ਆ ਜੀ ਕੱਦ ਕਾਠੀ ਜਿਹੜਾ ਦੋਸਤੋ ਮੀਡੀਅਮ ਤੁਸੀਂ ਸਾਰੀਆਂ ਵੇੜਾਂ ਬੇਸ਼ੱਕ ਮੀਡੀਅਮ ਹਾਈਟ ਦੀਆਂ ਮੰਨ ਕੇ ਲੈ ਕੇ ਜਾ ਸਕਦੇ ਹੋ ਮੀਡੀਅਮ ਹਾਈਟ ਆ ਨਾ ਵਾਲੀਆਂ ਵੱਡੀਆਂ ਨਾ ਵਾਲੀਆਂ ਛੋਟੀਆਂ ਵਿੱਚ ਵਿਚਾਰਾ ਪੂਰਾ ਮੇਲ ਹੈਗਾ ਅਤੇ ਹੈ ਵੀ ਕਰੋਸ ਪਣ ਦੇ ਵਿੱਚ ਹਾਂਜੀ ਚੋਰੀਏ ਜੀ ਆਹ ਦੇਖੋ ਆਇਆ ਨੂੰ ਮਾੜਾ ਕਰਨਾ ਆਹ ਦੇਖੋ ਤੋਰੋ ਜੀ ਤੋਰੋ ਬਾਕੀ ਜਿਹੜੀ ਦੋਸਤੋ ਇੱਕ ਜ਼ਰੂਰੀ ਬੇਨਤੀ ਇਹ ਹੈਗੀ ਆ ਹਰ ਇੱਕ ਵੀਡੀਓ ਦੇ ਵਿੱਚ ਹੁੰਦੀ ਆ ਨਰਕ ਪਰਖ ਆਪਣੀ ਆ ਦੋ ਟਾਈਮ ਚਵਾਈ ਤੋਂ ਬਿਨਾਂ ਪਸ਼ੂ ਨਾ ਖਰੀਦੋ ਤਾਂ ਬਹੁਤ ਵਧੀਆ ਗੱਲ ਆ ਮੈਂ ਨਹੀਂ ਕਹਿੰਦਾ ਵੀ ਕੋਈ ਇੱਕ ਪਸ਼ੂ ਪਾਲਕ ਜਾਂ ਵਪਾਰੀ ਵੀ ਕੋਈ ਮਾੜਾ ਹੈ ਪਰ ਉਹ ਮਾੜੇ ਨਹੀਂ ਗੇ ਅਤੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਤੁਸੀਂ ਆਪਣੇ ਆਪ ਸਮਝ ਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਚਵਾਈ ਕਰਨ ਤੋਂ ਬਾਅਦ ਜਿਹੜਾ ਸੌਦਾ ਕਰਿਆ ਕਰੋ ਜੇਕਰ ਕੋਈ ਵੀਰ ਨਹੀਂ ਕਰਾਉਂਦਾ ਗਾ ਸੌਦਾ ਨਹੀਂ ਕਰਨਾ ਚਾਹੁੰਦਾ ਗਾ ਭੱਜਦਾ ਇੱਕ ਡੰਗ ਦੀ ਚਵਾਈ ਤੋਂ ਜਾਂ ਵੀਡੀਓ ਕਾਲ 'ਤੇ ਚਵਾਈ ਕਰਨ ਨੂੰ ਅਤੇ ਜਿਹੜਾ ਪਸ਼ੂ ਨਾ ਖਰੀਦਿਆ ਜਾਵੇ ਇਹ ਜ਼ਰੂਰੀ ਬੇਨਤੀਆਂ ਨੇ ਜੁੜੀਆਂ ਦੋਸਤੋ ਜ਼ਰੂਰ ਪ੍ਰਵਾਨ ਕਰ ਲਿਆ ਕਰੋ ਅਤੇ ਰਕਮ ਲਾਉਣੀ ਹੁੰਦੀ ਹੈ ਬਾਅਦ ਵਿੱਚ ਤੁਸੀਂ ਠੱਗੀ ਦਾ ਸ਼ਿਕਾਰ ਹੋ ਕੇ ਜਾਂ ਕਹਿ ਲਈਏ ਵੀ ਮਾੜਾ ਪਸ਼ੂ ਲੈ ਕੇ ਬਾਅਦ ਵਿੱਚ ਭੈਣ ਭਰਾਵਾਂ ਦੇ ਕਾਫੀ ਜਿਹੜੇ ਆ ਮੈਸੇਜ ਆਉਂਦੇ ਆ ਸੁਨੇਹੇ ਆਉਂਦੇ ਆ ਅਤੇ ਉਹਨਾਂ ਨੂੰ ਜਿਹੜਾ ਪਹਿਲਾਂ ਗੌਰ ਕਰ ਲਿਆ ਕਰੋ ਦੋਸਤੋ ਪਸ਼ੂ ਖਰੀਦਣ ਤੋਂ ਅਤੇ ਬਚਾਅ ਹੋ ਸਕੇ ਜਿਹੜਾ ਅਰਸ਼ ਭਾਈ ਜਿਹੜੀ ਖੀਰ 'ਤੇ ਵੈੜ ਸੀ ਉਹਦਾ ਮੁੱਲ ਰਹਿ ਗਿਆ ਉਹਦਾ ਸੰਧੂ ਸਾਹਿਬ ਇਹਦਾ ਮੁੱਲ ਕਰਦੇ 45,000 ਰੁਪਈਆ ਹਾਂਜੀ ਹਾਂਜੀ ਪਰ ਹਾਨਾ ਵਸ਼ੀ 40,000 ਹੀ ਦੇਣਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 40 ਦੇ ਵਿੱਚੋਂ ਤੇ ਜੇ ਚਾਹੋ ਜੋ ਕਿਸੇ ਦਾ ਥਣ ਨੂੰ ਨੁਕਸ ਹੋਵੇ ਕੋਈ ਵੀ ਫਾਲਟ ਹੋਵੇ ਆਪਣੀ ਜੇ ਕੋਈ ਖੜੇ ਥਣਾਂ ਦੀ ਆਪਣੀ ਫੁੱਲ ਗਰੰਟੀ ਇਹਨਾਂ ਦੀ ਭਾਰ ਪਿੱਛੇ ਥਣਾਂ ਦੀ ਹੈ ਜੀ ਸਭ ਕੁਝ ਦੀ ਗਰੰਟੀ ਜੇ ਕੋਈ ਭਾਰ ਪਾਵੇ ਕੋਈ ਥਣ ਗਲਤ ਨਿਕਲੇ ਸੂਗੇ ਆਪਦੀ ਵੀਰ ਮੇਰਾ ਲਾ ਕੇ ਇੱਥੇ ਛੱਡ ਜੇ ਹਾਂ ਉਹਦੇ ਸੱਤ ਕਰਕੇ ਪੈਸੇ ਦਿੱਤੇ ਜਾਣਗੇ ਜੀ ਠੀਕ ਹੈ ਭਰਾ ਹਾਂਜੀ ਠੀਕ ਹੈ ਅਰਸ਼ ਵੀਰ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੇ ਦਈਏ ਜੀ 89 93 12 660 1 98 90 32 91 ਪਸ਼ੂ ਵੀ ਚੰਗੇ ਆ ਰੇਟ ਭਾਅ ਪੜਤਾ ਜਿਹੜਾ ਬਿਲਕੁਲ ਜਾਇਜ਼ ਆ ਵਾਜਬ ਆ ਪਸੰਦ ਆਊਗਾ ਪਸੰਦ ਆਇਆ ਹੋਇਆ ਪਸ਼ੂ ਵੀਰ ਅਰਸ਼ ਦੀ ਗੱਲ ਸੁਣੋ ਵੀ ਆਪਦੀ ਤਸੱਲੀ ਕਰੋ ਜਿਹੜਾ ਵੀਰ ਲੈ ਵੀ ਜਾਂਦਾ ਬਿਲਕੁਲ ਭਰੋਸੇਯੋਗ ਚੀਜ਼ਾਂ ਨੇ ਥਣ ਦੀ ਭਾਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਊਗੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ